ਇਹ ਸੀਸੀਟੀਵੀ ਤਸਵੀਰਾਂ ਨੇ ਜਿੱਥੇ ਨਸ਼ੇੜੀਆਂ ਦੇ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ। ਇੱਕ ਐਂਬੂਲੈਂਸ ਡਰਾਈਵਰ ਦੇ ਕੋਲੋਂ ਨਸ਼ੇ ਦਾ ਟੀਕਾ ਮੰਗਿਆ ਜਾਂਦਾ ਹੈ ਤੇ ਜਦੋਂ ਐਂਬੂਲੈਂਸ ਡਰਾਈਵਰ ਉਸਨੂੰ ਮਨਾ ਕਰ ਦਿੰਦਾ ਹੈ ਤਾਂ ਫਿਰ ਨਸ਼ੇੜੀ ਆਪਣੇ ਸਾਥੀਆਂ ਨੂੰ ਬੁਲਾ ਕੇ ਉਸ ਐਂਬੂਲੈਂਸ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਹੈ। ਸਿਰ 'ਚ ਕੜੇ ਮਾਰ ਮਾਰ ਕੇ ਉਸਦਾ ਸਿਰ ਪਾੜ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ, ਉਸਦੇ ਦਫ਼ਤਰ 'ਚ ਵੜ ਕੇ ਵੀ ਹੰਗਾਮਾ ਕੀਤਾ ਜਾਂਦਾ ਹੈ, ਗਾਲਾਂ ਕੱਢੀਆਂ ਜਾਂਦੀਆਂ ਤੇ ਉੱਥੇ ਵੀ ਕੁੱਟਮਾਰ ਕੀਤੀ ਜਾਂਦੀ ਹੈ, ਜਿਸ ਦੀਆਂ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ। ਇਹਨਾਂ ਦੇ ਵਿੱਚ ਸਾਫ਼ ਨਜ਼ਰ ਆਇਆ ਕਿ ਕਿਸ ਤਰ੍ਹਾਂ ਇੱਕ ਐਂਬੂਲੈਂਸ ਦੇ ਡਰਾਈਵਰ ਦੇ ਕੋਲੋਂ ਇਹ ਨਸ਼ੇੜੀ ਪਹਿਲਾਂ ਨਸ਼ੇ ਦਾ ਟੀਕਾ ਪੁੱਛਦਾ ਹੈ। ਜਦੋਂ ਐਂਬੂਲੈਂਸ ਚਾਲਕ ਮਨਾ ਕਰ ਦਿੰਦਾ ਹੈ ਅਤੇ ਐਂਬੂਲੈਂਸ ਨੂੰ ਥੋੜ੍ਹਾ ਅੱਗੇ ਲਿਜਾ ਕੇ ਖੜਾ ਕਰਦਾ ਹੈ ਤਾਂ ਇਸੇ ਦੌਰਾਨ ਦੋ ਹੋਰ ਵਿਅਕਤੀ ਆਉਂਦੇ ਨੇ ਜੋ ਕਿ ਨਸ਼ੇੜੀ ਹੀ ਦੱਸੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਐਂਬੂਲੈਂਸ ਦਾ ਦਰਵਾਜ਼ਾ ਖੋਲ੍ਹ ਕੇ ਉਸ ਡਰਾਈਵਰ ਨੂੰ ਬਾਹਰ ਕੱਢਦਾ ਹੈ, ਉਸਦੇ ਸਿਰ 'ਚ ਲਗਾਤਾਰ ਵਾਰ ਕਰਦਾ ਹੈ ਕੜੇ ਦੇ ਨਾਲ। ਜ਼ਖਮੀ ਹਾਲਤ ਦੇ ਵਿੱਚ ਇਸ ਐਂਬੂਲੈਂਸ ਡਰਾਈਵਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਜਾਂਦਾ ਹੈ। ਇਹ ਵੀਡੀਓ ਲੁਧਿਆਣੇ ਦੀ ਦੱਸੀ ਜਾ ਰਹੀ ਹੈ ਜਿੱਥੇ ਲੁਧਿਆਣੇ ਦੇ ਵਿੱਚ ਇੱਕ ਐਂਬੂਲੈਂਸ ਡਰਾਈਵਰ ਦੇ ਦਫ਼ਤਰ 'ਚ ਵੜ ਕੇ ਇਹਨਾਂ ਨਸ਼ੇੜੀਆਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਹੈ। ਪਹਿਲਾਂ ਨਸ਼ੇ ਦਾ ਟੀਕਾ ਮੰਗਿਆ ਜਾਂਦਾ ਹੈ ਤੇ ਜਦੋਂ ਐਂਬੂਲੈਂਸ ਦਾ ਡਰਾਈਵਰ ਨਸ਼ੇ ਦਾ ਟੀਕਾ ਨਹੀਂ ਦਿੰਦਾ, ਮਨਾ ਕਰ ਦਿੰਦਾ ਹੈ ਤਾਂ ਫਿਰ ਨਸ਼ੇੜੀ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੇ ਦਫ਼ਤਰ 'ਚ ਵੜ ਕੇ ਹੰਗਾਮਾ ਕਰਦਾ ਹੈ। ਦਫ਼ਤਰ ਦੇ ਵਿੱਚ ਗਾਲਾਂ ਕੱਢਦਿਆਂ ਹੰਗਾਮਾ ਕਰਦਿਆਂ ਦੀ ਵੀਡੀਓਜ਼ ਵੀ ਸਾਹਮਣੇ ਆ ਚੁੱਕੀਆਂ ਨੇ ਅਤੇ ਜਿੱਥੇ ਇਹ ਨਸ਼ੇੜੀ ਆਪਣੇ ਸਾਥੀਆਂ ਨਾਲ ਮਿਲ ਕੇ ਐਂਬੂਲੈਂਸ ਦੇ ਡਰਾਈਵਰ ਤੇ ਹਮਲਾ ਕਰਦਾ, ਉਹ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਇਹਨਾਂ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਮੈਂ ਨਾ ਆਪਣੀ ਐਂਬੂਲੈਂਸ ਲੈ ਕੇ ਖੜਾ ਸੀਗਾ ਜੀ ਬਾਹਰ। ਇੱਕ ਮੁੰਡਾ ਆਇਆ, ਪਹਿਲਾਂ ਮੈਨੂੰ ਪੁੱਛ ਰਿਹਾ ਕਿ ਵੀ ਚਿੱਟੇ ਦਾ ਇੰਜੈਕਸ਼ਨ ਹੈਗਾ, ਠੀਕ ਹੈ, ਅਸੀਂ ਇੱਥੇ ਐਂਬੂਲੈਂਸ ਦਾ ਕੰਮ ਕਰਦੇ ਹਾਂ, ਬਾਹਰ ਸਾਡਾ ਦਫ਼ਤਰ ਆ ਸਿਵਲ ਹਸਪਤਾਲ ਦੇ ਬਾਹਰ। ਹਾਂਜੀ, ਅਤੇ ਮੈਂ ਉਹਨੂੰ ਇਹ ਗੱਲ ਕਹੀ, ਮੈਂ ਨਾ ਫੋਨ 'ਤੇ ਗੱਲ ਕਰ ਰਿਹਾ ਸੀਗਾ ਘਰੇ, ਮੈਂ ਕਿਹਾ ਯਾਰ ਮੈਂ ਫੋਨ ਕੱਟਿਆ, ਮੈਂ ਕਿਹਾ ਯਾਰ ਮੈਂ ਗੱਲ ਕਰ ਰਿਹਾ, ਮੇਰੇ ਘਰ ਦੇ ਕੀ ਮੈਨੂੰ ਸੋਚਣਗੇ, ਹੈ ਨਾ, ਅਤੇ ਇਹਨੇ ਨੂੰ ਕਹਿ ਕੇ ਮੈਂ ਪਰਾਂ ਹਟਿਆ, ਮੈਨੂੰ ਇੱਧਰ ਅਸੀਂ ਉੱਥੋਂ ਗੱਡੀ ਕੱਢੀ, ਮੈਂ ਆਪਣੇ ਦਫ਼ਤਰ ਅੱਗੇ ਗੱਡੀ ਲਾਈ, ਉਦੋਂ ਨੂੰ ਉਹ ਤਿੰਨ ਦੋ ਮੁੰਡੇ ਉਹਨੇ ਹੋਰ ਸੱਦ ਲਏ, ਅੱਛਾ, ਆਏ ਬਸ ਆ ਕੇ ਗੱਲ ਪੈ ਗਏ ਵੀਰੇ ਸਿੱਧਾ। ਉਹਨਾਂ ਦੇ ਕੋਲ ਤੇਜ਼ ਧਾਰ ਹਥਿਆਰ ਵਗੈਰਾ ਸੀਗੇ? ਇਹਨਾਂ ਨਹੀਂ ਪਤਾ ਵੀਰੇ ਕੀ ਸੀਗਾ ਕੀ ਨਹੀਂ, ਕੜੇ ਕੁੜੇ ਉਹਨਾਂ ਦੇ ਪਾਏ ਹੋਏ ਸੀ। ਕਿਸੇ ਨੂੰ ਜਾਣਦੇ ਉਹਨਾਂ 'ਚੋਂ? ਨਹੀਂ ਵੀਰੇ, ਕਿਸੇ ਨੂੰ ਨਹੀਂ ਜਾਣਦੇ, ਕਿਸੇ ਨੂੰ ਵੀ ਨਹੀਂ ਜਾਣਦੇ ਵੀਰੇ। ਅੱਛਾ, ਇਸ ਤੋਂ ਪਹਿਲਾਂ ਵੀ ਕਦੀ ਇੱਦਾਂ ਦੀ ਕੋਈ ਵਾਰਦਾਤ ਹੋਈ? ਨਾ ਨਾ, ਕਦੇ ਨਹੀਂ ਹੋਈ ਯਾਰ। ਤੁਸੀਂ ਕੀ ਕੰਮ ਕਰਦੇ ਹੋ? ਇੱਥੇ ਮੈਂ ਐਂਬੂਲੈਂਸ ਦਾ ਵੀਰੇ ਡਰਾਈਵਰ ਹਾਂ। ਐਂਬੂਲੈਂਸ ਲਾਉਂਦੇ ਹੋ? ਹਾਂ। ਤੇ ਹੁਣ ਡਾਕਟਰ ਨੇ ਕੀ ਦੱਸਿਆ ਸਿਰ 'ਤੇ? ਡਾਕਟਰ ਨੇ ਵੀਰੇ ਟਾਂਕੇ ਲਾਏ ਆ, 6 ਟਾਂਕੇ ਲੱਗੇ ਆ। ਅੱਛਾ, ਤੇ ਤੁਸੀਂ ਆਪਣੇ ਮਾਲਕ ਨੂੰ ਦੱਸਤਾ? ਹਾਂਜੀ ਹਾਂਜੀ ਦੱਸਤਾ ਵਾ। ਤੇ ਕੋਈ ਸੀਸੀਟੀਵੀ ਵੀ ਆਈ ਹੋਈ ਹੈ? ਹਾਂਜੀ, ਇਹ ਸੀਸੀਟੀਵੀ ਤਸਵੀਰਾਂ ਨੇ ਜਿੱਥੇ ਨਸ਼ੇੜੀਆਂ ਦੇ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ। ਇੱਕ ਐਂਬੂਲੈਂਸ ਡਰਾਈਵਰ ਦੇ ਕੋਲੋਂ ਨਸ਼ੇ ਦਾ ਟੀਕਾ ਮੰਗਿਆ ਜਾਂਦਾ ਹੈ ਤੇ ਜਦੋਂ ਐਂਬੂਲੈਂਸ ਡਰਾਈਵਰ ਉਸਨੂੰ ਮਨਾ ਕਰ ਦਿੰਦਾ ਹੈ ਤਾਂ ਫਿਰ ਨਸ਼ੇੜੀ ਆਪਣੇ ਸਾਥੀਆਂ ਨੂੰ ਬੁਲਾ ਕੇ ਉਸ ਐਂਬੂਲੈਂਸ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਹੈ। ਸਿਰ 'ਚ ਕੜੇ ਮਾਰ ਮਾਰ ਕੇ ਉਸਦਾ ਸਿਰ ਪਾੜ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ, ਉਸਦੇ ਦਫ਼ਤਰ 'ਚ ਵੜ ਕੇ ਵੀ ਹੰਗਾਮਾ ਕੀਤਾ ਜਾਂਦਾ ਹੈ, ਗਾਲਾਂ ਕੱਢੀਆਂ ਜਾਂਦੀਆਂ ਤੇ ਉੱਥੇ ਵੀ ਕੁੱਟਮਾਰ ਕੀਤੀ ਜਾਂਦੀ ਹੈ, ਜਿਸ ਦੀਆਂ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ। ਇਹਨਾਂ ਦੇ ਵਿੱਚ ਸਾਫ਼ ਨਜ਼ਰ ਆਇਆ ਕਿ ਕਿਸ ਤਰ੍ਹਾਂ ਇੱਕ ਐਂਬੂਲੈਂਸ ਦੇ ਡਰਾਈਵਰ ਦੇ ਕੋਲੋਂ ਇਹ ਨਸ਼ੇੜੀ ਪਹਿਲਾਂ ਨਸ਼ੇ ਦਾ ਟੀਕਾ ਪੁੱਛਦਾ ਹੈ। ਜਦੋਂ ਐਂਬੂਲੈਂਸ ਚਾਲਕ ਮਨਾ ਕਰ ਦਿੰਦਾ ਹੈ ਅਤੇ ਐਂਬੂਲੈਂਸ ਨੂੰ ਥੋੜ੍ਹਾ ਅੱਗੇ ਲਿਜਾ ਕੇ ਖੜਾ ਕਰਦਾ ਹੈ ਤਾਂ ਇਸੇ ਦੌਰਾਨ ਦੋ ਹੋਰ ਵਿਅਕਤੀ ਆਉਂਦੇ ਨੇ ਜੋ ਕਿ ਨਸ਼ੇੜੀ ਹੀ ਦੱਸੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਐਂਬੂਲੈਂਸ ਦਾ ਦਰਵਾਜ਼ਾ ਖੋਲ੍ਹ ਕੇ ਉਸ ਡਰਾਈਵਰ ਨੂੰ ਬਾਹਰ ਕੱਢਦਾ ਹੈ, ਉਸਦੇ ਸਿਰ 'ਚ ਲਗਾਤਾਰ ਵਾਰ ਕਰਦਾ ਹੈ ਕੜੇ ਦੇ ਨਾਲ। ਜ਼ਖਮੀ ਹਾਲਤ ਦੇ ਵਿੱਚ ਇਸ ਐਂਬੂਲੈਂਸ ਡਰਾਈਵਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਜਾਂਦਾ ਹੈ।
ਇਹ ਵੀਡੀਓ ਲੁਧਿਆਣੇ ਦੀ ਦੱਸੀ ਜਾ ਰਹੀ ਹੈ ਜਿੱਥੇ ਲੁਧਿਆਣੇ ਦੇ ਵਿੱਚ ਇੱਕ ਐਂਬੂਲੈਂਸ ਡਰਾਈਵਰ ਦੇ ਦਫ਼ਤਰ 'ਚ ਵੜ ਕੇ ਇਹਨਾਂ ਨਸ਼ੇੜੀਆਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਹੈ। ਪਹਿਲਾਂ ਨਸ਼ੇ ਦਾ ਟੀਕਾ ਮੰਗਿਆ ਜਾਂਦਾ ਹੈ ਅਤੇ ਜਦੋਂ ਐਂਬੂਲੈਂਸ ਦਾ ਡਰਾਈਵਰ ਨਸ਼ੇ ਦਾ ਟੀਕਾ ਨਹੀਂ ਦਿੰਦਾ, ਮਨਾ ਕਰ ਦਿੰਦਾ ਹੈ, ਤਾਂ ਫਿਰ ਨਸ਼ੇੜੀ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੇ ਦਫ਼ਤਰ 'ਚ ਵੜ ਕੇ ਹੰਗਾਮਾ ਕਰਦਾ ਹੈ। ਦਫ਼ਤਰ ਦੇ ਵਿੱਚ ਗਾਲਾਂ ਕੱਢਦਿਆਂ ਹੰਗਾਮਾ ਕਰਦਿਆਂ ਦੀ ਵੀਡੀਓਜ਼ ਵੀ ਸਾਹਮਣੇ ਆ ਚੁੱਕੀਆਂ ਨੇ ਅਤੇ ਜਿੱਥੇ ਇਹ ਨਸ਼ੇੜੀ ਆਪਣੇ ਸਾਥੀਆਂ ਨਾਲ ਮਿਲ ਕੇ ਐਂਬੂਲੈਂਸ ਦੇ ਡਰਾਈਵਰ ਤੇ ਹਮਲਾ ਕਰਦਾ, ਉਹ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਇਹਨਾਂ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਮੈਂ ਨਾ ਆਪਣੀ ਐਂਬੂਲੈਂਸ ਲੈ ਕੇ ਖੜਾ ਸੀਗਾ ਜੀ ਬਾਹਰ, ਇੱਕ ਮੁੰਡਾ ਆਇਆ ਪਹਿਲਾਂ ਮੈਨੂੰ ਪੁੱਛ ਰਿਹਾ ਕਿ ਵੀ ਚਿੱਟੇ ਦਾ ਇੰਜੈਕਸ਼ਨ ਹੈਗਾ, ਠੀਕ ਹੈ, ਅਸੀਂ ਇੱਥੇ ਐਂਬੂਲੈਂਸ ਦਾ ਕੰਮ ਕਰਦੇ ਹਾਂ, ਬਾਹਰ ਸਾਡਾ ਦਫ਼ਤਰ ਹੈ ਸਿਵਲ ਹਸਪਤਾਲ ਦੇ ਬਾਹਰ। ਹਾਂਜੀ, ਅਤੇ ਮੈਂ ਉਹਨੂੰ ਇਹ ਗੱਲ ਕਹੀ, ਮੈਂ ਨਾ ਫੋਨ 'ਤੇ ਗੱਲ ਕਰ ਰਿਹਾ ਸੀਗਾ ਘਰ, ਮੈਂ ਕਿਹਾ ਯਾਰ ਮੈਂ ਫੋਨ ਕੱਟਿਆ, ਮੈਂ ਕਿਹਾ ਯਾਰ ਮੈਂ ਗੱਲ ਕਰ ਰਿਹਾ ਮੇਰੇ ਘਰ ਦੇ ਕਿ ਮੈਨੂੰ ਸੋਚਣ ਗਿਆ ਨਾ, ਅਤੇ ਇਹਨੇ ਨੂੰ ਕਹਿ ਕੇ ਮੈਂ ਪਰਾਂ ਹਟਿਆ, ਮੈਨੂੰ ਇੱਧਰ ਅਸੀਂ ਉੱਥੋਂ ਗੱਡੀ ਕੱਢੀ, ਮੈਂ ਆਪਣੇ ਦਫ਼ਤਰ ਅੱਗੇ ਗੱਡੀ ਲਾਈ, ਉਦੋਂ ਨੂੰ ਉਹ ਤਿੰਨ ਦੋ ਮੁੰਡੇ ਉਹਨੇ ਹੋਰ ਸੱਦ ਲਏ, ਅੱਛਾ ਆਏ ਬਸ ਆ ਕੇ ਗੱਲ ਪੈ ਗਏ ਵੀਰੇ ਸਿੱਧਾ। ਉਹਨਾਂ ਦੇ ਕੋਲ ਤੇਜ਼ ਧਾਰ ਹਥਿਆਰ ਵਗੈਰਾ ਸੀਗੇ? ਇਹਨਾਂ ਨੂੰ ਪਤਾ ਵੀਰੇ ਕੀ ਸੀਗਾ ਕੀ ਨਹੀਂ, ਕੜੇ ਕੁੜੇ ਉਹਨਾਂ ਦੇ ਪਾਏ ਹੋਏ ਸੀ। ਕਿਸੇ ਨੂੰ ਜਾਣਦੇ ਉਹਨਾਂ 'ਚ? ਨਹੀਂ ਵੀਰੇ, ਕਿਸੇ ਨੂੰ ਨਹੀਂ ਜਾਣਦੇ, ਕਿਸੇ ਨੂੰ ਵੀ ਨਹੀਂ ਜਾਣਦੇ ਵੀਰੇ। ਅੱਛਾ, ਇਸ ਤੋਂ ਪਹਿਲਾਂ ਵੀ ਕਦੀ ਇੱਦਾਂ ਦੀ ਕੋਈ ਵਾਰਦਾਤ ਹੋਈ? ਨਾ ਨਾ, ਕਦੇ ਨਹੀਂ ਹੋਈ ਯਾਰ ਵੀਰੇ। ਤੁਸੀਂ ਕੀ ਕੰਮ ਕਰਦੇ ਹੋ? ਇੱਥੇ ਮੈਂ ਐਂਬੂਲੈਂਸ ਦਾ ਵੀਰੇ ਡਰਾਈਵਰ ਹਾਂ। ਐਂਬੂਲੈਂਸ ਚਲਾਉਂਦੇ ਹੋ? ਹਾਂ। ਅਤੇ ਹੁਣ ਡਾਕਟਰ ਨੇ ਕੀ ਦੱਸਿਆ ਸਿਰ 'ਤੇ? ਡਾਕਟਰ ਨੇ ਵੀਰੇ ਟਾਂਕੇ ਲਾਏ ਆ, 6 ਟਾਂਕੇ ਲੱਗੇ ਆ। ਅੱਛਾ, ਅਤੇ ਤੁਸੀਂ ਆਪਣੇ ਮਾਲਕ ਨੂੰ ਦੱਸਤਾ? ਹਾਂਜੀ ਹਾਂਜੀ ਦੱਸਤਾ ਵਾ। ਅਤੇ ਕੋਈ ਸੀਸੀਟੀਵੀ ਵੀ ਆਈ ਹੋਈ ਹੈ? ਹਾਂਜੀ,